ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਅੱਜ ਫਰੀਦਕੋਟ ਦੌਰੇ ਤੇ ਨੇ। ਇਸ ਦੌਰਾਨ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਬਾਬਾ ਫਰੀਦ ਯੂਨੀਵਰਸਿਟੀ ਜੋ ਹੈ ਵਿਸ਼ੇਸ਼ ਤੌਰ ਤੇ ਉੱਥੇ ਵਿਜ਼ਿਟ ਕੀਤਾ ਜਾਣਾ ਹੈ। ਇਸ ਵਕਤ ਇੱਥੇ ਪਹੁੰਚ ਰਹੇ ਨੇ, ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਉਸ ਤੋਂ ਪਹਿਲੇ ਜਿਹੜਾ ਡੀਸੀ ਆਫਿਸ ਫਰੀਦਕੋਟ ਹੈ ਉੱਥੇ ਗਾਰਡ ਆਫ ਓਨਰ ਕੀਤਾ ਜਾਣਾ ਹੈ ਅਤੇ ਗਾਰਡ ਆਫ ਓਨਰ ਉੱਤੇ ਬਾਂਡ ਮੀਟਿੰਗ ਹੋਣੀ ਹੈ। ਉਸ ਤੋਂ ਬਾਅਦ ਤਮਾਮ ਤਰੀਕੇ ਜਿਹੜੇ ਕਾਰਜਕ੍ਰਮ ਨੇ ਉਹ ਹੋਣੇ ਨੇ। ਆਹ ਤਸਵੀਰ ਤੁਸੀਂ ਵੇਖ ਸਕਦੇ ਹੋ, ਬਲਬੀਰ ਸਿੰਘ ਸਿੱਧੂ ਜੋ ਨੇ, ਮਾਫੀ ਚਾਹਾਂਗੇ, ਬਲਬੀਰ ਸਿੰਘ ਜੋ ਮੰਤਰੀ ਨੇ ਉਹ ਇੱਥੇ ਪਹੁੰਚੇ ਨੇ ਅਤੇ ਇਸ ਵਕਤ ਜੋ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਤਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਜੋ ਨੇ ਉਹ ਇੱਥੇ ਇਹਨਾਂ ਦਾ ਸਵਾਗਤ ਕਰਦੇ ਹੋਏ, ਨਾਲ SSP ਹਰਜੀਤ ਸਿੰਘ ਜੋ ਨੇ, ਨਾਲ MLA ਫਰੀਦਕੋਟ ਜੋ ਨੇ ਉਹ ਇੱਥੇ ਪਹੁੰਚ ਰਹੇ ਨੇ। ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ DC ਕੰਪਲੈਕਸ ਦੀਆਂ ਵੇਖ ਰਹੇ ਹੋ, ਜਿੱਥੇ ਕਿ ਪੰਜਾਬ ਸਰਕਾਰ ਦੇ ਮੰਤਰੀ ਬਲਬੀਰ ਸਿੰਘ ਜੋ ਨੇ ਉਹ ਇੱਥੇ ਪਹੁੰਚੇ ਹੋਏ ਨੇ। ਤਾਂ ਤਸਵੀਰਾਂ ਤੁਹਾਡੇ ਸਾਹਮਣੇ, ਸਿਹਤ ਮਹਿਕਮੇ ਦੇ ਕਰਮਚਾਰੀ ਜਿਹੜੇ ਨੇ ਉਹ ਵੀ ਇੱਥੇ ਇਸ ਵਕਤ ਉਹਨਾਂ ਨੂੰ ਬੁਕੇ ਦੇ ਕੇ ਵੈਲਕਮ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੂਰੀ ਵਿਜ਼ਿਟ ਅੱਜ ਦੀ ਇਹਨਾਂ ਦੀ ਇੱਥੇ ਦੀ ਰਹਿਣ ਵਾਲੀ ਹੈ। ਪਹਿਲੇ ਮੀਟਿੰਗ ਹੋਣੀ ਹੈ, ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਹੈ ਤਮਾਮ ਤਰੀਕੇ ਦੇ ਕਾਰਜਕ੍ਰਮ ਜਿਹੜੇ ਨੇ ਉਹ ਇੱਥੇ ਹੋਣੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਤਾਂ ਗਾਰਡ ਆਫ ਓਨਰ ਹੋਣਾ, ਗਾਰਡ ਆਫ ਓਨਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇੱਥੇ ਇਸ ਵਕਤ ਪੰਜਾਬ ਪੁਲਿਸ ਦੇ ਜਵਾਨ ਜੋ ਨੇ ਗਾਰਡ ਆਫ ਓਨਰ ਦਿੰਦੇ ਹੋਏ ਮੰਤਰੀ ਸਾਹਿਬ ਨੂੰ ਤੁਹਾਨੂੰ ਨਜ਼ਰ ਆਉਣਗੇ। ਤਾਂ ਗਾਰਡ ਆਫ ਓਨਰ ਤੋਂ ਬਾਅਦ ਜਿਹੜਾ ਹੈਗਾ ਮੰਤਰੀ ਸਾਹਿਬ ਇੱਥੋਂ ਮੀਟਿੰਗ ਹੋਵੇਗੀ, ਮੀਟਿੰਗ ਤੋਂ ਬਾਅਦ ਅਗਲੇ ਜਿਹੜੇ ਕਾਰਜਕ੍ਰਮ ਨੇ ਉਹ ਹੋਣੇ ਨੇ। ਫਿਲਹਾਲ ਦਿਨ ਭਰ ਦੇ ਜਿਹੜੇ ਕਾਰਜਕ੍ਰਮ ਨੇ ਉਹ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਰਹਿਣ ਵਾਲੇ ਨੇ, ਕਿਉਂਕਿ ਜੋ ਇੱਥੋਂ ਦਾ ਹੋਸਪਿਟਲ ਹੈ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈ ਉਹ ਕਾਫੀ ਵਿਵਾਦਾਂ ਵਿੱਚ ਰਹਿੰਦੀ ਹੈ ਅਤੇ ਅੱਜ ਦਾ ਦੌਰਾ ਜਿਹੜਾ ਉਹਨਾਂ ਦਾ ਹੈ ਕਾਫੀ ਅਹਿਮ ਰਹਿਣ ਵਾਲਾ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਅੱਜ ਫਰੀਦਕੋਟ ਦੌਰੇ ਤੇ ਨੇ। ਇਸ ਦੌਰਾਨ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਬਾਬਾ ਫਰੀਦ ਯੂਨੀਵਰਸਿਟੀ ਜੋ ਹੈ ਵਿਸ਼ੇਸ਼ ਤੌਰ ਤੇ ਉੱਥੇ ਵਿਜ਼ਿਟ ਕੀਤਾ ਜਾਣਾ ਹੈ। ਇਸ ਵਕਤ ਇੱਥੇ ਪਹੁੰਚ ਰਹੇ ਨੇ, ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਉਸ ਤੋਂ ਪਹਿਲੇ ਜਿਹੜਾ DC ਆਫਿਸ ਫਰੀਦਕੋਟ ਹੈ ਉੱਥੇ ਗਾਰਡ ਆਫ ਓਨਰ ਕੀਤਾ ਜਾਣਾ ਹੈ ਅਤੇ ਗਾਰਡ ਆਫ ਓਨਰ ਉੱਤੇ ਬਾਂਡ ਮੀਟਿੰਗ ਹੋਣੀ ਹੈ। ਉਸ ਤੋਂ ਬਾਅਦ ਤਮਾਮ ਤਰੀਕੇ ਜਿਹੜੇ ਕਾਰਜਕ੍ਰਮ ਨੇ ਉਹ ਹੋਣੇ ਨੇ। ਆਹ ਤਸਵੀਰ ਤੁਸੀਂ ਵੇਖ ਸਕਦੇ ਹੋ, ਬਲਬੀਰ ਸਿੰਘ ਸਿੱਧੂ ਜੋ ਨੇ, ਮਾਫੀ ਚਾਹਾਂਗੇ, ਬਲਬੀਰ ਸਿੰਘ ਜੋ ਮੰਤਰੀ ਨੇ ਉਹ ਇੱਥੇ ਪਹੁੰਚੇ ਨੇ ਅਤੇ ਇਸ ਵਕਤ ਜੋ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਤਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਜੋ ਨੇ ਉਹ ਇੱਥੇ ਇਹਨਾਂ ਦਾ ਸਵਾਗਤ ਕਰਦੇ ਹੋਏ, ਨਾਲ SSP ਹਰਜੀਤ ਸਿੰਘ ਜੋ ਨੇ, ਨਾਲ MLA ਫਰੀਦਕੋਟ ਜੋ ਨੇ ਉਹ ਇੱਥੇ ਪਹੁੰਚ ਰਹੇ ਨੇ। ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ DC ਕੰਪਲੈਕਸ ਦੀਆਂ ਵੇਖ ਰਹੇ ਹੋ, ਜਿੱਥੇ ਕਿ ਪੰਜਾਬ ਸਰਕਾਰ ਦੇ ਮੰਤਰੀ ਬਲਬੀਰ ਸਿੰਘ ਜੋ ਨੇ ਉਹ ਇੱਥੇ ਪਹੁੰਚੇ ਹੋਏ ਨੇ। ਤਾਂ ਤਸਵੀਰਾਂ ਤੁਹਾਡੇ ਸਾਹਮਣੇ, ਸਿਹਤ ਮਹਿਕਮੇ ਦੇ ਕਰਮਚਾਰੀ ਜਿਹੜੇ ਨੇ ਉਹ ਵੀ ਇੱਥੇ ਇਸ ਵਕਤ ਉਹਨਾਂ ਨੂੰ ਬੁਕੇ ਦੇ ਕੇ ਵੈਲਕਮ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੂਰੀ ਵਿਜ਼ਿਟ ਅੱਜ ਦੀ ਇਹਨਾਂ ਦੀ ਇੱਥੇ ਦੀ ਰਹਿਣ ਵਾਲੀ ਹੈ। ਪਹਿਲੇ ਮੀਟਿੰਗ ਹੋਣੀ ਹੈ, ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਤਮਾਮ ਤਰੀਕੇ ਦੇ ਕਾਰਜਕ੍ਰਮ ਜਿਹੜੇ ਨੇ ਉਹ ਇੱਥੇ ਹੋਣੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਤਾਂ ਗਾਰਡ ਆਫ ਓਨਰ ਹੋਣਾ, ਗਾਰਡ ਆਫ ਓਨਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇੱਥੇ ਇਸ ਵਕਤ ਪੰਜਾਬ ਪੁਲਿਸ ਦੇ ਜਵਾਨ ਜੋ ਨੇ ਗਾਰਡ ਆਫ ਓਨਰ ਦਿੰਦੇ ਹੋਏ ਮੰਤਰੀ ਸਾਹਿਬ ਨੂੰ ਤੁਹਾਨੂੰ ਨਜ਼ਰ ਆਉਣਗੇ।
ਦਾ ਗਾਰਡ ਆਫ ਓਨਰ ਤੋਂ ਬਾਅਦ ਜਿਹੜਾ ਹੈਗਾ ਮੰਤਰੀ ਸਾਹਿਬ ਇੱਥੋਂ ਮੀਟਿੰਗ ਹੋਵੇਗੀ। ਮੀਟਿੰਗ ਤੋਂ ਬਾਅਦ ਅਗਲੇ ਜਿਹੜੇ ਕਾਰਿਆਕ੍ਰਮ ਨੇ ਉਹ ਹੋਣੇ ਨੇ। ਫਿਲਹਾਲ ਦਿਨ ਭਰ ਦੇ ਜਿਹੜੇ ਕਾਰਿਆਕ੍ਰਮ ਨੇ ਉਹ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਰਹਿਣ ਵਾਲੇ ਨੇ, ਕਿਉਂਕਿ ਜੋ ਇੱਥੋਂ ਦਾ ਹੋਸਪਿਟਲ ਹੈ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈ ਉਹ ਕਾਫੀ ਵਿਵਾਦਾਂ ਵਿੱਚ ਰਹਿੰਦੀ ਹੈ ਅਤੇ ਅੱਜ ਦਾ ਦੌਰਾ ਜਿਹੜਾ ਉਹਨਾਂ ਦਾ ਹੈ ਕਾਫੀ ਅਹਿਮ ਰਹਿਣ ਵਾਲਾ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।